वाहिगुरु जी का खालसा, वाहिगुरु जी की फतेह। गुरु प्यारियो, अज असी सारे एक फरवरी नूं शिकार माशियां विखे पहुंचे हां, जिथे के यूथ पावर ग्रुप डेरा बाबा नानक वालों एक परिवार सी जिहदी आप भरी भाज जाणदे हो कि बहुत तन मन धन दे नाल सेवा कीती गई, क्योंकि 4 साल पहला सानूं इस परिवार का पता लगा सी। और इस परिवार के हालात जो सी, इन्हां दा जिहड़ा साढ़े पिछे बैठे बजुर्ग ने, उन्होंने भरा की और उन्होंने भाभी की डैथ हो चुकी थी, उन्होंने 2 बच्चे से और 2 बच्चों इन्होंने परवरिश कर रहे थे। दूसरी बदकिस्मती की गल है कि वह तो दुनिया तो चले गए, लेकिन आप खुद अखा तो मुहताज ने। सो सानू वाया वाया पता लग्या 4 साल पहला। और बड़े प्यार वाले वीर राजबीर सिंह दोवाली, गुरजन सिंह रंधावा दास वालों जरा केस जो वेरीफाई किया गया और सची ये वाजब पाया गया, और जिथे सारे वीर ने बहुत वड्डा सहयोग किया, साढ़े नाल खड़े, साढ़े नाल सेवावां निभाईयां, उन्हां दा बहुत बहुत धन्यवाद है, क्योंकि साढ़े वास्ते बड़े माण वाली गल है, क्योंकि छोटी गल नहीं होंदी। क्योंकि ये जो भी असी कार्ज यूथ पावर ग्रुप डेरा बाबा नानक वालों पारदर्शी तरीके नाल किया जाता है, वह आप जी के सहयोग के नाल किया जाता है। और असी अपना फर्ज भी ये समझते हैं कि जो भी सेवा ਕਿਤੇ ਵੀ ਸੇਵਾ ਟਰਾਂਸਪੇਰੈਂਸੀ ਦੇ ਨਾਲ ਤੁਹਾਨੂੰ ਉਹ ਚੀਜ਼ ਦੱਸੀ ਜਾਵੇ ਕਿ ਵਾਕਈ ਜਿਹੜੀ ਆਪ ਜੀ ਸੇਵਾ ਕਰਦੇ ਹੋ, ਜਿਹੜੀ ਆਪ ਜੀ ਸੇਵਾ ਦਿੰਦੇ ਹੋ, ਉਹ ਜਗ੍ਹਾ ਪਹੁੰਚੀਏ ਜਾਂ ਨਹੀਂ। ਔਰ ਮੈਂ ਫਿਰ ਆਪਣੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ, ਕਿਉਂਕਿ ਸਾਰੇ ਵੀਰ ਜਿਹੜੇ ਅੱਜ ਇਕੱਤਰ ਹੋ ਕੇ ਅਸੀਂ ਫਿਰ ਪਿੰਡ ਸ਼ਿਕਾਰ ਮਾਸ਼ੀਆਂ ਵਿਖੇ ਅੱਜ ਅਸੀਂ ਸਾਰੇ ਪਹੁੰਚੇ ਹਾਂ, ਕਿਉਂਕਿ ਕਾਫੀ ਦੇਰ ਤੋਂ ਇਹ ਜਿਹੜੀ ਸੇਵਾ ਲਗਾਤਾਰ ਹੀ ਚੱਲ ਰਹੀ ਹੈ, ਕਿਉਂਕਿ ਕਈ ਵੀਰ ਐਸੇ ਸੇਵਾ ਦੇ ਵਿੱਚ ਆ ਕੇ ਜੁੜੇ ਨੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਸੇਵਾ ਸਾਡੀ ਜਾ ਕਿੱਥੇ ਰਹੀ ਹੈ, ਲੇਕਿਨ ਉਹਨਾਂ ਦੀ ਇੱਕ ਭਾਵਨਾ ਸੀ, ਇੱਕ ਪਿਆਰ ਸੀ ਕਿ ਉਹ ਸੇਵਾ ਦੇ ਰਹੇ ਸੀ। ਔਰ ਅੱਜ ਉਹਨਾਂ ਵੀਰਾਂ ਨੂੰ ਵੀ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦਾ ਕਿ ਅੱਜ ਅਸੀਂ ਕਿਸ ਪਿੰਡ ਦੇ ਵਿੱਚ ਸਾਡੇ ਸਤਿਕਾਰ ਜੋ ਬਜ਼ੁਰਗ ਸਾਡੇ ਕੋਲ ਬੈਠੇ ਨੇ, ਇਹਨਾਂ ਦੀ ਮੈਂ ਆਪ ਜੀ ਨੂੰ ਗੱਲ ਕਰ ਰਿਹਾ ਸੀ। ਸੋ ਸਾਡੇ ਨਾਲ ਅੱਜ ਸਾਰੀ ਸਾਡੀ ਟੀਮ, ਗੁਰਨੂਰ ਸਿੰਘ, ਮਨਜੀਤ ਸਿੰਘ, ਜਰਨੈਲ ਸਿੰਘ ਵੀਰ ਜੀ, ਨਿਸ਼ਾਨ ਸਿੰਘ ਅਤੇ ਦਾਸ, ਸਾਰੇ ਜਿੰਨੇ ਵੀ ਸਾਡੇ ਭਰਾ ਜਿਹੜੇ ਪਹੁੰਚੇ ਨੇ, ਔਰ ਸਾਰਿਆਂ ਨੇ ਬੜਾ ਹੀ ਪਿਆਰ, ਬੜਾ ਹੀ ਸਤਿਕਾਰ ਦਿੱਤਾ ਹੈ। ਔਰ ਅਸੀਂ ਜਿਹੜੀ ਪੂਰੇ ਸਾਲ ਦੀ ਜਿਹੜੀ ਸੇਵਾ ਉਹਨਾਂ ਨੂੰ ਅਸੀਂ ਪਿਛਲੀ ਵਾਰੀ ਵੀ ਇਕੱਤਰ ਕਰਕੇ ਦਿੱਤੀ ਸੀ, ਕਿਉਂਕਿ ਸਾਡਾ ਮਕਸਦ ਸੀ ਕਿ ਇਹਨਾਂ ਨੂੰ ਮਹੀਨੇ ਬਾਅਦ ਸੇਵਾ ਦਿੱਤੀ ਜਾਵੇ, ਪਰ ਉਹ ਕਈ ਵਾਰੀ ਸਾਡੀਆਂ ਸਾਰਿਆਂ ਦੇ ਸ਼ਡਿਊਲ ਬਿਜ਼ੀ ਹੋਣ ਕਰਕੇ ਅਸੀਂ ਨਹੀਂ ਕਰ ਸਕਦੇ। ਸੋ ਆਪ ਜੀ ਨੂੰ ਵੀਡੀਓ ਕਰਨ ਦਾ ਮਕਸਦ ਅਸੀਂ ਕਿਸੇ ਨੂੰ ਬਦਨਾਮ ਕਰਨਾ ਨਹੀਂ, ਕਿ ਕਿਸੇ ਨੂੰ ਅਸੀਂ ਕਹਿ ਰਹੇ ਕਿ ਅਸੀਂ ਸੇਵਾ ਦਿੰਦੇ ਹਾਂ, ਹੰਕਾਰ 'ਚ ਨਹੀਂ ਹੈ, ਇੱਕ ਨਿਮਰਤਾ ਦੇ ਨਾਲ ਆਪ ਜੀ ਨੂੰ ਜਿਹੜੇ ਵੀ ਭਰਾ ਸਾਨੂੰ ਸੇਵਾ ਭੇਜਦੇ ਆ ਉਹਨਾਂ ਨੂੰ ਇੱਕ ਟਰਾਂਸਪੇਰੈਂਸੀ ਦੇ ਨਾਲ ਉਹਨਾਂ ਨੂੰ ਸ਼ੋਅ ਕਰਨਾ ਕਿ ਅਸੀਂ ਵਾਕਈ ਤੁਹਾਡੀ ਜਿਹੜੀ ਸੇਵਾ ਆ ਉਸ ਜਗ੍ਹਾ ਦੇ ਉੱਤੇ ਦੇ ਰਹੇ ਹਾਂ। ਦੂਸਰੀ ਸਾਡੀ ਬੇਨਤੀ ਇਹ ਹੈ ਕਿ ਮੈਂ ਅਸੀਂ ਸਾਰਿਆਂ ਨੇ ਇੱਕ ਟੀਮ ਨੇ ਰਲ ਕੇ ਇੱਕ ਵਿਚਾਰ ਕੀਤੀ, ਕਿਉਂਕਿ ਸੰਗਤ ਜੀ ਮੈਂ ਨਾ ਇੱਕ ਮੇਰੀ ਵੀ ਸੋਚ ਕਹਿੰਦੀ ਔਰ ਚੰਗੀ ਗੱਲ ਹੈ ਕਿ ਸਾਰੀ ਟੀਮ ਦੀ ਸੋਚ ਇਹ ਹੈ, ਇਹ ਬੜਾ ਚੰਗਾ ਲੱਗਦਾ, ਕਿਉਂਕਿ ਕਿਤੇ ਅਸੀਂ ਸੇਵਾ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਦਰਜ ਹੈ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ ਪੜ ਬੁਝੀਏ, ਅਕਲੀ ਕੀਜੇ ਦਾਨ। ਅਕਲ ਤੋਂ ਬਿਨਾਂ ਕੋਈ ਵੀ ਕੰਮ ਕੀਤਾ ਬੇਕਾਰ ਹੈ, ਵਿਰਥ ਹੈ। ਔਰ ਇਹ ਜਿਹੜੀ ਸੇਵਾ ਅਸੀਂ ਭੇਜ ਰਹੇ ਸੀ, ਇਹ ਬੱਚੇ ਨੂੰ ਅਸੀਂ ਪਹਿਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਬੱਚਾ ਜਦੋਂ ਸਾਡੇ ਕੋਲ 18 ਸਾਲ ਦਾ ਹੋ ਜਾਵੇਗਾ, ਜਦੋਂ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਜਾਵੇਗਾ, ਅਸੀਂ ਕੋਸ਼ਿਸ਼ ਕਰ ਰਹੀ ਕੋਈ ਹੋਰ ਪਰਿਵਾਰ ਦੀ ਸੇਵਾ ਲਵਾਂਗੇ, ਇਸ ਸਰਵ ਸੇਵਾ ਨੂੰ ਅਸੀਂ ਬੰਦ ਕਰਾਂਗੇ। ਉਹਦੇ ਪਿੱਛੇ ਇੱਕ ਕਾਰਨ ਸੀ ਕਿ ਜੇਕਰ ਅਸੀਂ ਕੰਟੀਨਿਊ ਇਸ ਚੀਜ਼ ਨੂੰ ਪ੍ਰੋਸੈਸ ਕੰਟੀਨਿਊ ਚਲਾਵਾਂਗੇ ਤਾਂ ਕਿਤੇ ਨਾ ਕਿਤੇ ਜਾ ਕੇ ਅਸੀਂ ਇਹ ਚੀਜ਼ ਸੋਚਾਂਗੇ ਕਿ ਸੇਵਾ ਲੈਣ ਵਾਲੇ ਦੀ ਹੱਡੀਆਂ 'ਚ ਪਾਣੀ ਪੈਣ ਵਾਲਾ ਵੀ ਕੰਮ ਬਣ ਜਾਂਦਾ, ਕਿ ਚੱਲ ਕੋਈ ਨਹੀਂ ਆ ਜਾ ਰਿਹਾ, ਉਹਨੂੰ ਅਸੀਂ ਸੇਵਾ ਨਹੀਂ ਕਰ ਰਹੇ, ਉਹਨੂੰ ਅਸੀਂ ਮੰਗਤਾ ਬਣਾ ਰਹੇ। ਮੈਨੂੰ ਮਾਫ਼ ਕਰ ਦਿਓ, ਇਹ ਲਫ਼ਜ਼ ਵਰਤਣਾ ਨਹੀਂ, ਲੇਕਿਨ ਬਣਾ ਰਹੇ ਹੁੰਦੇ ਜਦੋਂ ਅਸੀਂ ਉਹਨੂੰ ਉਹਦੇ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਕਰਾਉਂਦੇ, ਜ਼ਿੰਮੇਵਾਰੀ ਨਹੀਂ ਉਹਨੂੰ ਦੱਸਦੇ ਕਿ ਉਹਦੀ ਇਨ ਫਿਊਚਰ ਜ਼ਿੰਮੇਵਾਰੀ ਕੀ ਹੈ। ਸੋ ਸੰਗਤ ਜੀ, ਬੇਨਤੀ ਕਰਦੇ, ਹੱਥ ਜੋੜ ਕੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ। ਅੱਛਾ ਬਜ਼ੁਰਗੋ, ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕੁਝ। 4 ਸਾਲ ਤੋਂ ਸੇਵਾ ਤੁਹਾਨੂੰ ਆ ਰਹੀ ਹੈ ਜੀ, ਯੂਥ ਪਾਵਰ ਗਰੁੱਪ ਡੇਰਾ ਬਾਬਾ ਨਾਨਕ ਵੱਲੋਂ, ਘਰ ਦੇ ਕੇ ਜਾ ਰਹੇ ਨੇ, ਕਿਸੇ ਤਰੀਕੇ ਦੀ ਕੋਈ ਤੁਹਾਨੂੰ ਪਰੇਸ਼ਾਨੀ ਆਈ ਹੋਵੇ, ਕਦੀ ਤੁਹਾਨੂੰ ਫੋਨ ਕਰਨਾ ਪਿਆ ਹੋਵੇ, ਮਹੀਨੇ ਦੇ ਮਹੀਨੇ ਸੇਵਾ ਪਹੁੰਚ ਰਹੀ ਹੈ? ਬਿਲਕੁਲ ਜੀ, ਅਤੇ ਯੂਥ ਪਾਵਰ 6 ਮਹੀਨੇ ਤੁਹਾਡੀ ਸੇਵਾ ਹੋਰ ਕਰਨੀ ਹੈ, ਲੇਕਿਨ ਹੁਣ ਅਸੀਂ ਤੁਹਾਡਾ ਬੱਚਾ ਜਵਾਨ ਹੋ ਰਿਹਾ, ਠੀਕ ਹੈ ਜੀ, ਉਸ ਬੱਚੇ ਨੂੰ ਅਸੀਂ ਪੈਰਾਂ 'ਤੇ ਵੀ ਖੜਾਉਣਾ, ਇਹ ਨਹੀਂ ਕਿ ਅਸੀਂ ਬਿਲਕੁਲ ਬੰਦ ਕਰਕੇ ਜਾ ਰਹੇ ਹਾਂ, ਅਸੀਂ ਜਦੋਂ ਤੁਹਾਨੂੰ ਜ਼ਰੂਰਤ ਪਈ, ਇਸ ਪਰਿਵਾਰ ਨੂੰ ਸੰਗਤ ਜੀ ਜਦੋਂ ਵੀ ਜ਼ਰੂਰਤ ਪਈ ਅਸੀਂ ਇਹਨਾਂ ਦੇ ਨਾਲ ਖੜੇ ਹਾਂ, ਇਹ ਨਹੀਂ ਕਿ ਅਸੀਂ ਪਿੱਠ ਵਿਖਾ ਕੇ ਜਾ ਰਹੇ ਹਾਂ, ਲੇਕਿਨ ਬੱਚਾ ਨਾ, ਬੱਚੇ ਨੂੰ ਜਦੋਂ ਤੁਰਨਾ ਸਿਖਾਉਂਦੇ ਹਾਂ ਅਸੀਂ ਅਤੇ ਉਹਦੀਆਂ ਬਾਹਾਂ ਫੜਦੇ ਹਾਂ, ਸਭ ਤੋਂ ਪਹਿਲਾਂ ਬਾਹਾਂ ਫੜਨ ਤੋਂ ਬਾਅਦ ਬੱਚਾ ਜਦੋਂ ਖੁਦ ਤੁਰਨ ਲੱਗ ਪੈਂਦਾ ਫਿਰ ਉਹ ਹੋਰਨਾਂ ਨੂੰ ਵੀ ਤੁਰਨਾ ਦੱਸਦਾ। ਅੱਜ ਇਸ ਬੱਚੇ ਦੀ
ਅਸੀਂ ਇਹਨਾਂ ਬੱਚਿਆਂ ਦੀ ਸੇਵਾ ਜੋ ਸੰਗਤ ਨੇ ਨਿਭਾਈ ਹੈ, ਅਸੀਂ ਇਸ ਬੱਚੇ ਨੂੰ ਇਸ ਕਾਬਿਲ ਕਰਨਾ ਚਾਹੁੰਦੇ ਹਾਂ ਕਿਉਂ ਕੱਲ ਨੂੰ ਇਹ ਬੱਚਾ ਆਪਣੇ ਘਰ ਵੱਲ ਵੇਖੇ ਔਰ ਇਹ ਇੰਨੀ ਕੁ ਮਾਇਆ ਕਮਾਉਣ ਲੱਗ ਪਏ ਕਿ ਕੱਲ ਨੂੰ ਇਹਨੂੰ ਹੋਰ ਵੀ ਜਿਹੜੇ ਪਰਿਵਾਰ ਇਹਨਾਂ ਤੋਂ ਥੱਲੇ ਉਹ ਦਿਖਣ ਲੱਗ ਪਏ। ਇਸ ਕਰਕੇ ਅਸੀਂ ਇਹ ਜਿਹੜੀ ਸੇਵਾ ਹੈ ਇਹਨੂੰ ਅਸੀਂ ਕੋਸ਼ਿਸ਼ ਕਰ ਰਹੀ, ਸਾਡੀ ਟੀਮ ਦੇ ਵਿਚਾਰ ਸੀ ਕਿ ਪਿਛਲੇ ਸਾਲ ਤੋਂ ਅਸੀਂ ਹੁਣ ਖਤਮ ਕਰ ਦਈਏ, ਪਰ ਨਹੀਂ, ਬਹੁਤ ਸੋਹਣਾ ਵੀਰਾਂ ਨੇ ਕਿਹਾ ਕਿ ਜਿੰਨਾ ਚਿਰ ਬੱਚਾ ਸੈਟਲ ਨਹੀਂ ਹੁੰਦਾ। ਔਰ ਅਸੀਂ ਇਹੋ ਬੇਨਤੀ ਕਰਦੇ ਇਸ ਪਰਿਵਾਰ ਨੂੰ ਵੀ ਕਿ ਕੋਸ਼ਿਸ਼ ਕਰਾਂਗੇ ਇਸ ਬੱਚੇ ਨੂੰ ਜਿੰਨਾ ਹੋ ਸਕਦਾ ਅਸੀਂ ਹੋਰ ਅਪ ਕਰਾਂਗੇ, ਜੇ ਕੋਈ ਕੰਮ ਸਿੱਖਣਾ ਚਾਹੁੰਦਾ ਉਹ ਵੀ ਸਿੱਖ ਸਕਦਾ, ਉਹਦੀ ਹਮਾਇਤ ਤੌਰ 'ਤੇ ਜਿਤਨਾ ਵੀ ਹੈਲਪ ਅਸੀਂ ਕਰਾਂਗੇ, ਔਰ ਜੇ ਉਹ ਕੋਈ ਜੋਬ ਕਰਨੀ ਚਾਹੁੰਦਾ ਕਿਸੇ ਤਰੀਕੇ ਨਾਲ ਵੀ ਉਹ ਕਰ ਸਕਦਾ। ਸੋ ਸੰਗਤ ਜੀ, ਅਸੀਂ ਆਪ ਜੀ ਨੂੰ ਸੇਵਾ ਦਾ ਸਾਰਾ ਵੇਰਵਾ ਦੇਣਾ ਸੀ। ਮੈਂ ਸਾਰਿਆਂ ਵੀਰਾਂ ਦਾ, ਜਿੰਨੇ ਵੀ ਭਰਾ ਮੇਰੇ ਨੇ, ਹੁਣ ਪਿਛਲੇ ਜਿਹੜੇ ਸੇਵਾ ਆਈ ਹੈ ਸਾਡੇ ਕੋਲ, ਰਮੇਸ਼ ਕੁਮਾਰ ਦੀ 2000 ਨਵੰਬਰ ਦੀ ਸੇਵਾ ਆਈ ਹੈ 2000 ਰੁਪਈਆ, ਦਸੰਬਰ ਦੀ ਦਲਜੀਤ ਸਿੰਘ ਬੜੋਦਰ ਵਾਲੇ ਭਰਾ ਸਾਡੇ ਉਹਨਾਂ ਦੀ, ਜਨਵਰੀ ਦੀ ਕਵਲ ਵਿਦੇਸ਼ਾ USA ਤੋਂ, ਫਰਵਰੀ ਜਿੰਦ ਕੈਨੇਡਾ, ਸਾਡੇ ਵੀਰ ਜੀ ਬਹੁਤ ਸਤਿਕਾਰਯੋਗ ਨੇ, ਅਤੇ ਭਾਅ ਜੀ ਗੁਰਵੇਦ ਸਿੰਘ ਪੋਲੈਂਡ, ਉਹਨਾਂ ਨੇ 2000 ਰੁਪਈਆ ਪਾਇਆ। ਅਪ੍ਰੈਲ ਸਾਡੀ NGO ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ, ਦਲਜੀਤ ਸਿੰਘ ਬੜੋਦੇ ਵਾਲੇ ਫਿਰ ਅਜੇ ਸੇਵਾ ਆਉਣੀ ਬਾਕੀ ਹੈ, ਲੇਕਿਨ ਉਹਨਾਂ ਦੀ ਲਿਖ ਦਿੱਤੀ ਗਈ ਹੈ। ਸੋ ਗੋਪੀ ਰੰਧਾਵਾ 2000, ਇਹ ਵੀ ਆਉਣੀ ਬਾਕੀ ਹੈ ਅਜੇ ਸੇਵਾ, ਲੇਕਿਨ ਇਹਨਾਂ ਦੀ ਸੇਵਾ ਜਿਹੜੀ ਇਹਨਾਂ ਨੇ ਮੰਨ ਲਈ ਹੈ। ਸੋ ਆਪਾਂ ਜਿੱਥੋਂ ਤੱਕ ਵੀ ਹੋ ਸਕਿਆ ਅਸੀਂ ਇਨ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੀ ਜਿਹੜੀ ਸੇਵਾ ਅਸੀਂ ਇੱਥੇ ਰੋਕਾਂਗੇ। ਸੋ ਆਪ ਜੀ ਨੂੰ ਅੱਜ ਦੱਸਣ ਦਾ ਸਾਡਾ ਮਕਸਦ ਸੀ, ਸਾਰਾ ਕਲੀਅਰ ਕਰਨਾ ਚਾਹੁੰਦਾ ਸੀ, ਕਿਉਂਕਿ ਤੁਹਾਨੂੰ ਕਈ ਵਾਰੀ ਸੋਹਣੀ ਗੱਲ ਹੋਰ ਹੈ ਜਿਹੜੀ ਆਪਾਂ ਕਹਿ ਕੇ ਕੋਈ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਆਪਾਂ ਸਾਰਿਆਂ ਨੇ ਇਹਨਾਂ ਨੂੰ ਪੁੱਛ ਲਿਆ, ਕਿਉਂਕਿ ਕਿਸੇ ਤਰੀਕੇ ਦਾ ਤੁਹਾਨੂੰ ਸਾਡੇ 'ਤੇ ਕੋਈ ਓਬਜੈਕਸ਼ਨ ਕੋਈ ਹੋਵੇ ਜੀ, ਤਾਂ ਵਧੀਆ ਤਰੀਕੇ ਨਾਲ ਚੱਲਦਾ ਰਿਹਾ ਜੀ। ਹਾਂਜੀ, ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੀ ਟੀਮ ਜਿਹੜੀ ਹੈ ਅਸੀਂ ਤੁਹਾਨੂੰ ਮੰਨੋ ਤੁਹਾਡੇ ਨਾਲ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਬੱਚਾ ਵੀ ਸਟੇਬਲ ਹੋਵੇ, ਸਟੈਂਡ ਹੋਵੇ, ਠੀਕ ਹੈ ਜੀ। ਅਸੀਂ ਇਸ ਕਰਕੇ ਤੁਹਾਡੇ ਨਾਲ, ਜਿੱਥੋਂ ਤੱਕ ਤੁਹਾਡੇ ਪਿੰਡ ਵਾਸੀ, ਮੈਂ ਕਹਿੰਦਾ ਮੈਂ ਇਹਨਾਂ ਵੀਰਾਂ ਦੇ ਆਂਢ ਗੁਆਂਢ ਸਾਰੇ ਬਹੁਤ ਸਤਿਕਾਰਯੋਗ ਹੈ ਜਿਨ੍ਹਾਂ ਨੇ ਸਾਨੂੰ ਸੇਵਾ ਦਿੱਤੀ, ਔਰ ਆਪ ਵੀ ਕਰਦੇ ਨੇ, ਤੁਹਾਡੇ ਨਾਲ ਖਲੋਂਦੇ ਨੇ। ਸੋ ਗੁਰੂ ਕਿਰਪਾ ਕਰੇ, ਮੇਰੀਆਂ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ, ਸਾਰੀ ਟੀਮ ਦਾ, ਸਮੁੱਚੀ ਟੀਮ ਦਾ, ਜਿਹੜੀ ਟੀਮ ਸਾਡੇ ਕੋਲ ਪਹੁੰਚੀ ਹੈ। ਹਾਂਜੀ, ਜਿਹੜੀ ਸੇਵਾ ਅੱਜ ਦੀ ਸੇਵਾ ਸਾਡੇ ਕੋਲ ਪਹੁੰਚੀ ਹੈ, ਕਿੰਨੀ ਦੂਰ 14000 ਰੁਪਏ ਜਿਹੜੀ ਸੇਵਾ ਸੀ ਮੈਂ ਤੁਹਾਨੂੰ ਬਣਾ ਚੁੱਕਾ, ਇਹ ਸੇਵਾ ਅਸੀਂ ਇਹਨਾਂ ਨੂੰ ਦੇ ਲਓ ਜੀ। ਸੋ ਸਾਰੇ ਵੀਰਾਂ ਨੂੰ ਇਹ ਜਿਹੜੀ ਇਹਨਾਂ ਦੀ ਸਾਲ ਦੀ ਸੇਵਾ ਜਿਹੜੀ ਪਿਛਲੇ ਸਾਲ ਨਵੰਬਰ ਦੀ, ਹੁਣ ਜੁਲਾਈ ਤੱਕ ਜਿਹੜੀ ਸੇਵਾ ਦੇਖ ਜਾ ਰਹੇ ਹਾਂ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਤੁਹਾਡੀ ਜਿਹੜੀ ਚੀਜ਼ ਹੈ, ਤੁਹਾਡੀ ਸੇਵਾ, ਤੁਹਾਡੀ ਮਾਇਆ ਟ੍ਰਾਂਸਪਰੈਂਸੀ ਨਾਲ ਅਸੀਂ ਜਿੱਥੇ ਦੇਣੀ ਸੀ ਉਹ ਦਿੱਤੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰ, ਆਪਣੀ ਰਹਿਮਤ ਕਰਨ, ਅਸੀਂ ਸਾਰੇ ਇਸੇ ਤਰੀਕੇ ਦੇ ਨਾਲ ਸੇਵਾ ਦੇ ਨਾਲ ਜੁੜੇ ਰਹੀਏ। ਮੇਰੇ ਤੋਂ ਬੋਲਦੇ ਹਾਂ, ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਅਤੇ ਅਣਜਾਣ ਹਾਂ, ਆਪ ਬਖਸ਼ਣ ਯੋਗ ਹੋ, ਬਖਸ਼ ਦੇਣਾ ਦਿਓ, ਅਸੀਸ ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।